बोला की ये मुंह क्यों लमकाई अम्मी? मुंह ही लमकावना, इतनी परेशानी हैगी है। एक तो इस बंदे ने बनाई हुई है परेशानी, जेन मेरा तो आधा ठिकाने ते नहीं हैगा। हर वेले लाई रखदा अच्छू नाल टिकटॉक क्यों बनाई, अच्छू नाल तू काम क्यों करती पई है, आ अच्छू नाल सीन क्यों किया, अच्छू नाल तू तस्वीर क्यों बनाई है। भला हैरान नहीं है मैं इस बंदे नूं वेख के, हर वेले मैं तैनूं बराबर सद्दी रखनी हां। मैं भी 70 सोरी तैनूं ही समझाया ते ओहनूं ही समझाया, अगर तेरा मैं सक्का बिरा हुंदा ना ते ओहदी पावर ही ना मेरे नाल शक कर लवे आ। ओह अपनी जगह ते ठीक आ, लेकिन जो तेरे वाले वेखा तो तू भी ठीक है, तेरा मेरा को गलत रीजन तो है कोई ना, ना को तेरा मेरा को गलत चक्कर है। तेनों सक्या नालों भी अगे समझनी आ, जरूरी नहीं सके बहन भरा होंगे ने, तू मेरा भरा है तो भरा ही है ना। तू मैंने गल दस जिस टाइम उन्हें मैं आख्या मैंने पैसे दे, तू मैंने आख्या चू तेरा मेरा कारोबार है, ओदा मेरा कारोबार नहीं, ये पैसे तेन मैं देने नो, ये तू ओदे कोल नहीं मंगने। ਉਹ ਠੀਕ ਹੈ ਬਿਲਕੁਲ ਮੈਂ ਹੀ ਦੇਣੇ ਨੇ, ਮੈਂ ਤੇਰੀ ਭੈਣ ਆ, ਉਹਦੇ ਨਾਲ ਸਾਡਾ ਲਾਂਝਾ ਮੁੱਕਾ ਰੋਲਾ ਮੁੱਕਾ। ਤੇ ਜਿਹੜਾ ਮੈਂ ਬੈਡ ਸ਼ੈਡ ਦੇ ਜਿਹੜਾ ਸਮਾਨ ਦਿੱਤਾ ਬੈਡ ਦਿੱਤਾ ਉਹ ਰੁਪਈਏ ਮੇਰੇ ਹੀ ਨਹੀਂ ਲੱਗੇ ਹੋਏ, ਉਹ ਤਾਂ ਕੰਮ ਅਸ ਕੰਮ ਉਹ ਤੂੰ ਚਾ ਲਈਏ। ਮੇਰੀ ਜਾਨ ਛੁੜੀ ਚ ਗਈ, ਇੰਨਾ ਬੜਾ ਹੋ ਗਿਆ, ਹਰ ਵੇਲੇ ਟੈਨਸ਼ਨ ਬਣਾਈ ਰੱਖਦਾ ਨਾ, ਉਹ ਤੈਨੂੰ ਸਾਰਾ ਜਿਹੜਾ ਤੇਰਾ ਨੁਕਸਾਨ ਹੈ ਨਾ ਮੈਂ ਪੂਰਾ ਕਰ, ਮੈਂ ਕੰਮ ਕਰਦੀ ਨਹੀਂ ਪਈ ਤੇਰੇ ਨਾਲ, ਤੇਰੇ ਨਾਲ ਤੁਰੀ ਖਲੀਆਂ ਕਦਮ ਨਾਲ ਕਦਮ ਮਿਲਾ, ਤੇ ਤੂੰ ਮੇਰਾ ਭਰਾ ਹੈ, ਇਨਸ਼ਾਅੱਲਾ ਮੈਂ ਤੇਰੇ ਦਮ ਨਾਲ ਆ। ਹੁਣ ਦੁਨੀਆ ਨੇ ਸਾਡਾ ਬਹਿਣ ਬਿਰਾਵਾਂ ਇਹ ਦਿਖਾਵਣਾ ਕਿ ਜਿਵੇਂ ਬਹਿਣ ਬਿਰਾ ਬੈਠੇ ਨੇ ਵਸਦੇ ਪੈਣ, ਉਹ ਇਸ ਤੋਂ ਨਾ ਮੈਂ ਮਕਾਨ ਕਿਰਾਏ ਤੇ ਲੈਣਾ, ਤੂੰ ਮੇਰੀ ਭੈਣ ਰਹਿਣਾ ਘਰ, ਠੀਕ ਹੈ ਅਸਾਂ ਮਕਾਨ ਕਿਰਾਏ ਤੇ ਕੋਈ ਨਹੀਂ ਲੈਣਾ, ਮੈਂ ਦੁਨੀਆ ਨੂੰ ਵੀ ਖਾਣਾ ਕਿ ਮੈਂ ਠੀਕ ਹਾਂ, ਮੈਂ ਗਲਤ ਨਾ ਆਵਾਂ, ਦੁਨੀਆ ਭਾਵੇਂ ਜੋ ਮਰਜ਼ੀ ਸੋਚਦੀ ਰਹੇ, ਲੇਕਿਨ ਤੇਰਾ ਮੇਰਾ ਤਾਂ ਪਾਕ ਹੈ ਨਾ ਦਾਮਨ, ਤੇਰਾ ਮੇਰਾ ਪਾਕ ਰਿਸ਼ਤਾ ਭੈਣ ਭਰਾ ਦਾ, ਤੇ ਮੈਂ ਤੇਰੇ ਗਰੀਬ ਅਸਾਂ ਮਹਿਰ ਬਾਰ ਹੋਰ ਕੀ ਚਾਹੀਦਾ ਬਾਜਾਰ। इस बंदे नु मैं जितना भी समझावा ना इस बंदे बाद कोई नहीं आना, कोई ये उदो पता लगना जलन दे नाक दे उच्चा गलियां मारनियां, ये पता ना जी भी बंदा मेरा दिमाग इस चार छड़िया की करम इस बंदे नाल दे इतना नु समझावे दे अकल च कोई नहीं गल आनी, अकल च भो भरया होया की बनया ते क्यों खपदी पई है ओ मां के खपना तेरे नाल ਮੇਰੇ ਅੱਗੇ ਸਿਰ ਨੂੰ ਬਹੁਤ ਪੀੜ ਹੈ ਤੇ ਮਿਹਰਬਾਨੀ ਕਰੋ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਮੈਂ 24 ਘੰਟੇ ਆਪਣੇ ਆਪ ਨਾਲ ਖੱਪੀ ਰਹਿੰਦੀ ਤੂੰ। ਮੈਂ ਆਪਣੇ ਆਪ ਨਾਲ ਖੱਪਦੀ ਰਹਿ ਜਾਂਦੀ ਹਾਂ। ਹੋਰ ਮੁੜ ਕੀ ਹੈ? ਕੋਈ ਅਕਲ ਨੂੰ ਹੱਥ ਮਾਰਿਆ ਕਰ ਤੇ ਕੋਈ ਅਕਲ ਕੀਤਾ ਕਰ, ਮੈਂ ਸੱਚੀ ਖੱਪਨੀ ਆ। ਮੈਂ ਤੇਰਾ ਨਾ ਬੋਲ ਅੱਗੇ ਇੰਨੀ ਟੈਨਸ਼ਨ ਤੋਂ ਅਸੀਂ ਆਏ ਆ, ਰੋਲਾ ਪਿਸ਼ਾ ਪਿਆ ਹੋਇਆ ਹਾਂ। ਇਹਨੂੰ ਤਲਾਕ ਹੋ ਗਈ ਹੈ, ਘਰ ਦੇ ਵਿੱਚੋਂ ਆ ਗਈ ਹੁਣ। ਤਲਾਕ ਹੋ ਗਈ? ਜੀ ਹਾਂ। ਸ਼ੁਕਰ ਤੇ ਅਲਹਮਦੁਲਿਲਾ ਤਲਾਕ ਹੋ ਗਈ। ਕੰਮ ਤੈਨੂੰ ਤਲਾਕ ਹੋ ਗਈ ਏ, ਉਹ ਕੰਮ ਤੇਰੇ ਵੀ ਚੰਗੇ ਹੋ ਸਣ। ਕੰਮ ਚੰਗੇ ਹੀ ਆ, ਕੰਮ ਤਾਂ ਉਹ ਅੱਛੂ ਨਾਲ ਕੰਮ ਕਰਨੀ ਆ ਮੈਂ, ਹਰ ਵੇਲੇ ਸ਼ੱਕ ਚ ਪਿਆ ਰਹਿੰਦਾ ਤੇ ਆਹਨਾ ਤੂੰ ਇਹਨੇ ਨਾਲ ਹੀ ਜਾਂਦੀ ਰਹਿ, ਹਾਂ ਬਹਿਣ ਬਣੀ ਹੋਈ ਆ ਤਾਂ ਬਹਿਣ ਕੀ ਬਣੀ ਹੋਈ, ਇਹ ਤਾਂ ਮੇਰਾ ਭਰਾ ਹੈ, ਉਹ ਮੇਰੇ ਤੇ ਸ਼ੱਕ ਕਰਦਾ। ਮੇਰੀ ਬਹਿਣ ਕੋਈ ਤੂੰ ਹੀ ਅਕਲ ਨੂੰ ਹੱਥ ਮਾਰ, ਪਤਾ ਹੀ ਉਸ ਵੀ ਤੇਰੇ ਮਗਰ ਕਿਤਨੇ ਧੱਕੇ ਲਾਇਆ, ਕੁਝ ਤੂੰ ਵੀ ਆਪਣੇ ਆਪ ਨੂੰ ਸੋਚਿਆ ਕਰ। ਮੈਂ ਬੜਾ ਸੋਚਿਆ ਮੇਰਾ ਭਰਾ ਅੱਛੂ ਹੈਗਾ, ਉਹ ਮੈਨੂੰ ਲੈ ਆਇਆ ਤੇ ਬਸ ਹੁਣ ਮੈਂ ਇਹਦੇ ਕੋਲ ਹੀ ਰਾਸਾਂ। ਮੈਂ ਅੱਛੂ ਤੇਰਾ ਭਰਾ ਤੇ ਮੁੜ ਅਸੀਂ ਘਰੋਂ ਬਾਹਰ ਹੋ ਜਾਵਾਂਗੇ। ਉਹ ਗੱਲ ਤਾਂ ਮੇਰੀ ਸੁਣ ਲਾ, ਇੱਕ ਤਾਂ ਸਿਰ ਤੇ ਚੜ ਜਾਂਦੀ ਰਿੱਕੇ ਬਾਰੇ, ਪਤਾ ਹੈ ਤੈਨੂੰ ਇਸ ਗੱਲ ਦਾ? ਪਤਾ ਮੈਨੂੰ ਇਸ ਗੱਲ ਦਾ, ਸਾਰਾ ਮੈਨੂੰ ਪਤਾ। ਹੁਣ ਜਦੋਂ ਅਸੀਂ ਰਲ ਕੇ ਪਾਰਟਨਰਸ਼ਿਪ ਕੰਮ ਕਰਦੇ ਪਿਆ ਮੁੜੇ ਤਾਂ ਤੈਨੂੰ ਪਤਾ ਕਿੰਨੇ ਰੁਪਏ ਲੱਗੇ ਖਲੋਤੇ ਤੇ ਮੈਂ ਤੈਨੂੰ ਆਖਿਆ ਲੜਾਈ ਜਾ। ਹੋਰ ਮੇਰੀ ਗੱਲ ਸੁਣੇ ਨਾ, ਤੇਰੇ ਅਕਲ 'ਚ ਕੁਝ ਵੀ ਨਹੀਂ ਆਉਣਾ। ਹੋਰ ਆ ਬਾਜਾ, ਮੇਰੀ ਕੋਈ ਗਲਤੀ ਵੀ ਨਹੀਂ ਆਈ, ਤੂੰ ਮੈਨੂੰ ਘਰੋਂ ਕੱਢਾ ਚਾ, ਮੈਂ ਕੀ ਕਰਾਂ, ਮੇਰੇ ਮੁਕੱਦਰ ਖਰਾਬ ਹੈਗੇ ਨੇ, ਮੈਂ ਦੂਜਾ ਘਰ ਬਣਾਇਆ, ਇਸ ਨੂੰ ਮੈਂ ਬਰਾ ਬਣਾਇਆ ਤੇ ਉਹਨੇ ਮੇਰਾ ਇਹਦੇ ਨਾਲ ਵੀ ਸ਼ੱਕ ਕਰ ਲਿਆ। ਮੇਰੀ ਭੈਣ ਤੂੰ ਰੋ ਨੇ, ਚੁੱਪ ਕਰ, ਸਮਝ ਆਈਏ, ਮੈਂ ਤੂੰ ਰੋਂਦੀ ਜਿਹੜਾ ਨਾ ਉਹ ਚੰਗੀ ਲੱਗਦੀ, ਹੁਣ ਮਿਹਰਬਾਨੀ ਕਰ ਤੇ ਚੁੱਪ ਕਰ, ਮੈਂ ਆ ਨਾ ਤੇਰੇ ਨਾਲ। ਠੀਕ ਹੈ ਆਰਾਮ ਨਾਲ ਕਰਾਂ ਤਾਂ ਮੇਰਾ ਸਾਹ ਹੀ ਸੁਰਕਿਆ ਹੋਇਆ।
ਉਹ ਵੀ ਕਿਸੇ ਹੱਥ ਤੇ ਸੱਚਾ ਇਸ ਘਰ ਛੱਡਿਆ। ਉਹ ਕਿਵੇਂ ਸੱਚਾ? ਉਹ ਇਹ ਚੰਗੀ ਹੁੰਦੀ ਤੇ ਉੱਥੇ ਬੈਠੀ ਰਹਿ ਜਾਂਦੀ, ਉਹ ਜੇ ਇਤਨੇ ਨਿਕਲਦਾ ਪਿਆ ਤੇ ਬੈਠੀ ਰਹਿ ਜਾਂਦੀ। ਉਹ ਮੈਂ ਉੱਥੇ ਪਿੱਟਦਾ ਰਿਹਾ ਉਹਦੇ ਪੈਰ ਲੱਪਣ, ਮੈਂ ਕਿਹਾ ਮੇਰੀ ਇਹ ਭੈਣ ਹੈ, ਮੇਰੀ ਮਾਂ ਹੈ, ਮੇਰੀ ਧੀ ਹੈ, ਮੈਂ ਸਾਰੇ ਰਿਸ਼ਤੇ ਆਖਣ, ਮੈਂ ਹੋਰ ਕੋਈ ਕੁਰਾਨ ਸਿਰ ਤੇ ਰਖਾਈਨੀ ਹੈ। ਵਾਹ ਕਿਆ ਕੁਰਾਨ ਤੇਰੇ ਸਿਰ ਤੇ ਰਖਾਵਣਾ ਤੇ ਮੇਰੇ ਨਾਲ ਮੈਂ ਸ਼ੁਰੂ ਨਾ ਹੋਈ ਰਾ ਹੋਈ ਰਹੀ ਕਰ, ਮਜਬੂਰ ਨਾ ਕਰ, ਮੈਂ ਦੂਈ ਸ਼ਾਦੀ ਮੁੜ ਕਰ ਲਵਾਂ। ਹਲਾ ਤੂੰ ਦੂਈ ਸ਼ਾਦੀ ਕਰਨਾ ਜੀ? ਹਾਂ ਤੂੰ ਸ਼ਾਦੀ ਮੈਨੂੰ ਕਰਕੇ ਰਖਾ, ਮੈਂ ਤੇਰਾ ਬੂਥਾ ਵੇਖਾਂ। ਨੀ ਤੂੰ ਮੈਨੂੰ ਫੈਰ ਮਾਰ ਛੇੜਨਾ ਮੈਨੂੰ, ਮੈਂ ਕਹਾ ਤੈਨੂੰ ਫੈਰ ਹੀ ਮਿਲੇ ਸਾ, ਤੂੰ ਸ਼ਾਦੀ ਤਾਂ ਕਰਕੇ ਵੇਖ। ਹਲਾ ਹੁਣ ਮਿਹਰਬਾਨੀ ਕਰ, ਬਿਨਾ ਤੇਰੀ ਕਰਦਾ, ਸਮਝ ਆਈ ਮੇਰੀ ਇਹ ਭੈਣ ਹੈ, ਹੁਣ ਜੇ ਰਲ ਕੇ ਕੰਮ ਨਾ ਕਰੀਏ ਤੇ ਮੋੜ ਮੈਂ ਦੱਸ ਮੈਂ ਕਿਦੂ ਲੈ ਆਵਾਂ, ਨਵੀਂ ਮੈਡਮ ਕਿਦੂ ਲੈ ਆਵਾਂ, ਦੱਸ ਮੈਂ। ਚਲੋ ਕਰ ਕੰਮ, ਕੰਮ ਕਰ, ਤੇਰਾ ਬੰਦਿਆ ਰੀਤੀ ਹੈ ਨਾ, ਸਮਝੀ ਗੱਲ, ਜੇ ਮਾਤੋ ਨਾ ਹੋਈ ਤਾਂ ਮੇਰੀ ਜ਼ਬਾਨ ਪਟੀ ਜਾਵੀ। ਮੈਂ ਫੋਨ ਕਰਨਾ ਹੀ ਕਿਹਨੂੰ ਕਰਨਾ ਹੀ ਫੋਨ? ਮਸੇਰ ਆਪਣੇ ਨੂੰ ਕਰ, ਮਸੇਰ ਆਪਣੇ ਨੂੰ ਫੋਨ। ਅਸਲਾਮ ਅਲੈਕੁਮ ਜੀ, ਹੈਲੋ। ਹਾਂ ਹਾਂ, ਕੀ ਗੱਲ ਹੈ, ਆਵਾਜ਼ ਕੋਈ ਨਹੀਂ ਆਉਂਦੀ ਪਈ? ਜੀ ਜੀ ਭਾਈ, ਹੁਣ ਆ ਗਈ ਆਵਾਜ਼, ਕੀ ਹਾਲ ਹੈ ਜੀ? ਅੱਲਾ ਦਾ ਸ਼ੁਕਰ ਹੈ। ਉਹ ਮਸੇਰ ਸਾਹਿਬ, ਉਹ ਨਾਜ਼ੀਨ ਤਲਾਕ ਹੋ ਗਈ ਹੈ। ਉਹ ਕਿਵੇਂ? ਉਹ ਪ੍ਰੇਮੀ ਹੁਣ ਤਾਂ ਸੋਰੀ, ਉਹ ਯਾਰ ਹੁਣ ਮੈਂ ਪਿੱਟਦਾ ਰਿਹਾ ਤੇ ਉਸ ਤਲਾਕ ਦੇ ਛੱਡੀ, ਰਾਤੀ ਮਨਾ ਕੇ ਨਾ ਗਏ। ਉਹ ਯਾਰ ਮੈਂ ਹੁਣ ਕੀ, ਮੈਨੂੰ ਸਾਰੀ ਸਟੋਰੀ ਦਾ ਪਤਾ, ਗੰਦਾ ਜਿਹਾ ਬੰਦਾ ਯਾਰ, ਮੁੜ ਇਹ ਵੀ ਵਿਚਾਰੀ ਸੱਚੀ ਹੈ, ਹਰ ਬੰਦੇ ਤੋਂ ਸ਼ੱਕ ਕੀਤੀ ਰੱਖਦੀ ਹੈ, ਮੁੜ ਕੋਈ ਨਾ ਕੋਈ ਤਾਂ ਬਣਨਾ ਹੀ ਆ। ਚਲੋ ਮੈਂ ਅੱਗੇ ਹੁਣ ਸਮਝਾਇਆ, ਮੈਂ ਕਿਹਾ ਸੀ ਤੇਰੇ, ਮੈਂ ਇੱਕ ਬਿਰਾ ਨਹੀਂ ਤੇ ਤਰੇ ਚਾਰ ਬਿਰਾ ਤੇਰੇ ਆ। ਨਹੀਂ ਨਹੀਂ ਬਿਲਕੁਲ ਇੰਜੇ ਗੱਲ ਹੈ, ਬਿਰਾ ਹੈ ਉਸਦੇ। ਤੇ ਡਾਕਟਰ ਸਾਹਿਬ ਮਿਹਰਬਾਨੀ ਕਰੋ, ਹੁਣ ਮੁੜ ਆ ਜਾ। ਚਲੋ ਘਰੇ ਹੀ ਹੋ? ਆ ਘਰ ਆ ਤੇ ਮੈਂ ਜਾਂਦਾ ਪਿਆ ਤੇ ਬਾਕੀ ਘਰ ਲੈ ਆਂਦਾ ਨਾਜ਼ੀਆ ਨੂੰ ਮੈਂ। ਅੱਛਾ ਤੇ ਕਿਹਦੇ ਜਾਵਾਂ ਤੂੰ? ਮੈਂ ਜਾਵਾਂ ਇਹਦੇ ਹਵੇਲੀ ਬਾਟੀਆਂ ਤਾਂ, ਉੱਥੇ ਕੋਈ ਪਿਓਆ ਹੈ, ਕੜਾ ਪਿਓਆ ਤੇ ਉਹ ਲੈ ਆਉਣਾ ਤੇ ਵੇਲਣਾ ਪਿਆ। ਤੇ ਕਿਸ ਲਈ ਵਾਪਸ ਆਉਣਾ ਹੈ? ਤਕਰੀਬਨ 1.5-2 ਘੰਟੇ ਲੱਗ ਕੇ ਜਾਣੇ, ਹੋ ਸਕਦਾ ਸ਼ਾਮੀ ਆਵਾਂ ਮੈਂ। ਬਸ ਠੀਕ ਹੈ, ਮੈਂ ਆ ਕੇ ਵੇਖ ਜਾਣਾ। ਹਾਂ ਵਰਜਾਈ ਵਧੀ ਹੋਈ ਹੈ। ਹਾਂ ਉਹ ਘਰੇ? ਹਾਂ ਵਰਜਾਈ ਘਰੇ? ਹਾਂ ਤੇ ਤਬੀਅਤ ਉਹਦੀ ਖਰਾਬ ਹੈ, ਕੁਝ ਰਹਿਣਾ ਦਵਾਈ ਸ਼ਵਾਈ ਦੇ ਜਾਣੀ ਆ। ਵਰਜਾਈ ਦੀ ਤਬੀਅਤ ਖਰਾਬ ਹੈ? ਨਹੀਂ ਨਹੀਂ ਭੈਣ ਸਾਡੀ ਦੀ ਬੜਿਆ। ਅੱਛਾ ਅੱਛਾ ਅੱਛਾ, ਨਾਜ਼ੀਆ ਤਬੀਅਤ ਖਰਾਬ ਹੈ? ਨਾਜ਼ੀਆ ਭੈਣ ਦੀ ਤਬੀਅਤ ਖਰਾਬ ਹੈ। ਸੁ ਕੀ ਬਲ ਮੈਂ ਦੱਸ, ਮੈਂ ਦਵਾਈ ਲਈ ਆ। ਟੈਨਸ਼ਨ ਸਿਰ ਨੂੰ ਪੀੜ ਹੈ, ਸੁ ਗਰੀਬ ਨੂੰ ਉਹ ਟੈਨਸ਼ਨ ਲੈ ਗਈ। ਬਿਲਕੁਲ ਟੈਨਸ਼ਨ ਤਾਂ ਬਣਦੀ ਹੈ ਜੇ ਤਾਂ ਘਰ ਵਿਗੜ ਜਾਵੇ। ਜੀ ਆ ਜਲਦੀ ਆਵੀ ਮੋੜੋ। ਠੀਕ ਹੈ ਮੈਂ ਆ ਜਾਣਾ ਜੀ, ਆ ਜਾ। ਮੈਂ ਹੁੰਦਾ ਪਿਆ ਤੇ ਆ ਜਾਂਦਾ ਮਸੇਰ ਮੋੜਾ। ਚਲੋ ਠੀਕ ਹੈ ਜਾਓ ਆ। ਜਿੱਥੇ ਤੂੰ ਮੈਨਾਂ ਕਾਸ਼ਾ ਵਿਕਾਈ ਨਹੀਂ ਤੇ ਐਵੇਂ ਨਾ ਆਪਣਾ ਦਿਮਾਗ ਨਾ ਖਰਾਬ ਕੀਤੀ ਰੱਖਿਆ ਕਰ। ਨਹੀਂ ਮੇਰਾ ਤਾਂ ਦਿਮਾਗ ਕੋਈ ਨਹੀਂ ਖਰਾਬ, ਤੇਰਾ ਚੰਗਾ ਦਿਮਾਗ ਹੈ, ਤੂੰ ਬੜਾ ਦਿਮਾਗ ਵਾਲਾ ਜਾਗਲਾ ਕਰ ਰਿਹਾ। ਅੜਬੰਦੇ ਮੂੰਹ ਵਾਲਾ, ਮੈਨੂੰ ਬੜਾ ਖਤਰਾ ਰਹਿੰਦਾ ਸਾਈਂ ਦਾ, ਪਤਾ ਨਹੀਂ ਕੀ ਕਰੇ ਸੀ ਤੇ ਕੀ ਨਾ ਕਰੇ ਸੀ, ਭਾਵੇਂ ਮੈਨੂੰ ਲੱਗਦਾ ਮੇਰਾ ਘਰ। ਬਾਜ ਕੀ ਆ ਪਰੇਸ਼ਾਨ ਬੈਠੀ ਹੈ? ਕੋਈ ਨਹੀਂ ਪਰੇਸ਼ਾਨ ਆ, ਘਰ ਦੀ ਕੀਤੇ ਭਾਂਡੇ ਧੋਤੇ ਬੋਖਰਾ ਦਿੱਤੀਆਂ, ਤੈਨੂੰ ਪਤਾ ਇਹ ਵੀ ਕਰਨਾ ਪੈਂਦਾ ਹੋਇਆ। ਤੂੰ ਫਿਕਰ ਨਾ ਕਰ, ਘਰ ਸਾਰਾ ਮੈਂ ਸੰਭਾਲ ਲਿਆ ਸਾਂ, ਹੁਣ ਮੈਂ ਵੀ ਤੇ ਇੱਥੇ ਰਹਿੰਦੀ ਹਾਂ ਨਾ। ਉਹ ਮੇਰੀ ਭੈਣ ਰਹਿੰਦੀ ਤਾਂ ਤੂੰ ਹੈ, ਪਰ ਮੈਨੂੰ ਪਤਾ ਨਹੀਂ ਕਿਵੇਂ ਅਜੀਬ ਜਿਹਾ ਹੀ ਲੱਗਦਾ, ਮੇਰਾ ਦਿਮਾਗ ਜਿਹੜਾ ਨਾ ਬੜਾ ਘੁੰਮਿਆ ਰਹਿ ਜਾਂਦਾ ਤੇ ਟਾਈਮ ਹੀ। ਕੀ ਹੋਇਆ ਹੁਣ ਤੇਰੇ ਦਿਮਾਗ 'ਚ? ਤੇ ਇੱਕ ਮੇਰੀ ਹੋਰ ਗੱਲ ਸੁਣ ਲਾ ਮੇਰੀ ਭੈਣ। ਹਾਂ ਜਿਹੜਾ ਮੇਰਾ ਸਾਈਂ ਹੈ ਨਾ ਅੱਛੂ, ਉਹਦਾ ਤਾਂ ਖਾਸ ਖਿਆਲ ਰੱਖਣਾ। ਉਹਦਾ ਤਾਂ ਮੈਂ ਬੜਾ ਹੀ ਖਿਆਲ ਰੱਖਦੀ ਹਾਂ, ਮੇਰਾ ਬਰਾਜ ਹੋਇਆ, ਹੋਰ ਕਿਵੇਂ ਖਿਆਲ ਰੱਖਾਂ ਉਹਦਾ। ਮੈਂ ਜਿਹੜੀ ਤੈਨੂੰ ਗੱਲ ਵੀ ਕਰਨੀ ਆ, ਮਤ ਉਸ ਤੇ ਕੋ ਨਜ਼ਰ ਨਾ ਫੇਰੇ। ਅੱਲਾ ਮਾਫ ਕਰੇ, ਉਹ ਗੱਲ ਸੁਣ, ਉਹਨੇ ਮੈਨੂੰ ਬਹਿਣ ਸੱਦਾ ਹੈ ਨਾ, ਤੇ ਅੱਲਾ ਦੇ ਹੁਕਮ ਨਾਲ ਉਹ ਮੇਰਾ ਭਰਾ ਹੈ, ਤੂੰ ਬੇਫਿਕਰ ਰਹਿ, ਜਿਵੇਂ ਜੀ ਕੋਈ ਗੱਲ ਹੋਈ ਨਾ ਤੇ ਮੈਂ ਤੈਨੂੰ ਦੱਸਾਂ, ਉਹਦਾ ਇਹ ਜਜ਼ੇਨ ਨਹੀਂ ਹੈ, ਉਹ ਬਹਿਣ ਬਣਾ ਤੇ ਮੈਨੂੰ ਲਿਆਇਆ ਇਸ ਕਰੇ, ਤੇ ਤੂੰ ਮੇਰੀ ਪਰਜਾਈ ਹੈ। ਮੈਨੂੰ ਤਾਂ ਨਹੀਂ ਲੱਗਦਾ ਬਈ ਅੱਛੂ ਮੇਰੇ ਨਾਲ ਚੰਗਾ ਕਰੇ, ਮੈਨੂੰ ਤਾਂ ਵਿੱਚ ਕੋ ਹੋਰ ਹੀ ਰੰਗ ਮਲੂਮ ਪਿਆ ਹੁੰਦਾ। ਉਹਨੇ ਜੀਆਂ ਗੱਲਾਂ ਨਾ ਕੀਤੀ ਰੱਖਾ ਕਰ, ਮੇਰੇ ਹੱਲੇ ਵੇਖ ਮੈਂ ਵੇਂਦੀ ਪਈ ਆ ਤੇਰੇ। ਮੇਰੇ ਤੇ ਤੈਨੂੰ ਯਕੀਨ ਕੋਈ ਨਹੀਂ? ਯਕੀਨ ਤਾਂ ਮੈਨੂੰ ਵਾਹ ਤੇ ਇੱਥੇ ਢੇਰ ਸਾਰਾ ਯਕੀਨ। ਤੇ ਬਸ ਮੋੜ, ਐਵੇਂ ਫਿਕਰ ਤੈਨੂੰ ਲੱਗੀ ਹੋਈ ਹੈ, ਤੇ ਹੁਣ ਆਪਾਂ ਘਰ ਦੇ ਕੰਮ ਰਾਲ ਤੇ ਕਰ ਲੈ ਕਰ ਸਾ। ਚਲੋ ਫਿਕਰ ਨਾ ਕਰ, ਚਲੋ ਠੀਕ ਹੈ। ਹਾਂ ਕੀ ਹਾਲ ਹੈ? ਖੈਰ ਮਸੇਰ, ਤੂੰ ਸੁਣਾ? ਠੀਕ ਹੈ ਠੀਕ ਹੈ, ਵੱਲ ਹੈ ਖੈਰ ਲਾਲੀ। ਕੀ ਬਣਿਆ ਤਬੀਅਤ? ਤਬੀਅਤ ਇਹਦੀ ਕੋਈ ਖਰਾਬ ਹੋ ਗਈ, ਠੜ ਛੜ ਲੱਗ ਗਈ। ਆ ਮੈਨੂੰ ਅੱਛਾ ਫੋਨ ਕੀਤਾ ਹੈ ਵੀ ਤਬੀਅਤ ਖਰਾਬ ਹੈ ਸੂ। ਹਾਂ ਮੈਂ ਤੇਰੇ ਵਾਸਤੇ ਚਾ ਮਸੇਰ ਬਣਾ ਲਿਆਵਾਂ। ਪਾਣੀ ਦਾ ਗੋਟ ਮੈਂ ਪੀਵਾ, ਮੋਰ ਚਾ ਬਣਾਈ ਚਾ। ਚਲੋ ਠੀਕ। ਅੱਛਾ ਗੱਲ ਸੁਣ, ਮੈਂ ਤੋ ਤੂੰ ਆ ਗਈ ਆ ਲੜ ਕੇ, ਇਹ ਬਹੁਤ ਚੰਗਾ ਕੀਤਾ ਹੈ। ਇਹ ਜਿਵੇਂ ਆ ਦੇ ਨਾ 100 ਫਲਾਣੇ ਫਲਾਣੇ ਤੇ ਮੋਢੇ ਤੇ ਰੱਖ ਕੇ ਵਗਾਈਏ,
चंगा की ते दे मोटे ते रख के बगाई पता तो की सारी बदनामी अच्छू दी होगी ते अच्छू तो मेरा ओंजी भरा है वो तो तेरा भरा है मैं तो कोई ना उनांदे सा है तू मेरी बहन ही है मता कोई किसी ने शक ना पवे बस मैं आखना पे तू मेरी बहन है तू नहीं तू ठीक है हां मता भूली ना रह ओ गल ठीक है पर ना अच्छू जेड़ा है ना ओनु भी ना पता लगे ओनु तेरा मेरा पता लगा ना कमलियां गल्ला क्यों मैं चगा ला फिर अच्छू दे सामने मैं तेरे नाल के गल करनी अच्छू दे सामने तू मेरी बहन है कौन बहन है तू मेरी बहन है ठीक है हां मता तेरे सामने कोई और जावे और मैं परेशानी च ना लवाना परेशानी मैनू लेनी चाहिए मैं तो आगे भी कोई ना मैं तो पता है तेरा भरा है मैं तो आगे टेंशन काई ना तो जीते जावे आ जीते वधी रहे मैं के टेंशन होंदी मैं काई नहीं होंदी पर तू तेन बहन से देंदा तेरे सिर ते हाथ रख मैं तो तेन कोई ना बहन से देंदा मेरा बंदा किड्डा चगल है देख ओंदे ते शक कीता सु जिस नाल मेरी गल ही कोई नहीं चगल ही आई ना यही अच्छू भी चगल अच्छा इवें ना काया उन्हों और आधे घरे ले आते मन भाई बैठा तो इवें ना आखो नू ते जो हो गया उन सही हो गया तबीयत खराब है या भी सही के इंजे नहीं तबीयत खराब को नहीं आई तो मैं उनसे तन मिलन पर गया बहु चंगा के ते चुकी ते गया वो तो मैं उदे के पैदा मैं जावना के काम हो इथे बाहर की ते गया होया ते मैं मुड़ा का मेरी तबीयत सिर में बड़ी पीड़ है मैं कह चल तू आ से मैं देख ले बस ये चंगा कीते ते ए दिशा में ना भजाई दिशा में भी थोड़ा बच के ये भी बड़ी खुंदरी हुई बड़ी गल्ला बढ़िया कर दी बड़ी खुंदरी आई तेस तू थोड़ा जा बच के अजीब अजीब गल्ला आगे कर दी पई आई मसेर बिजली वाग गई है ते मोरन दस की करा बिजली आवनी है ता ही तैन पानी पिवावना नहीं ए बोर्ड च हाथ दे के तो चाह पकावनी है या पानी पिवावना या पानी नहीं मैं देखया बिजली कोई ना गड़ा मोड़ा बड़या भरया कोई तैन पता वे आई पानी ठंडा ज्यादा पानी कोनी पिवेंदा पानी का क्या पे फोन चार्जिंग ते लग देन या बला बिजली ते बलदा मैंने कोई नहीं पता तो फिर पानी बत्ती ते हमदा हां ते मोर बत्ती आवनी है ता इन पंप चलना हुंदा हुन मेरे ते सिर नु डाडी पीड़ है भरा मेरा कुछ है लेंदी है कोई टीका कोई गोली मैं दवाई लेंदी है दवाई मैं तैन देना ते इंज करी पे दो गोलियां सिर्फ खावे देर ना खाए पे एलर्जी कर जाली है हां हम ज्यादा तो एलर्जी कर ही जाली ठीक है मैं तेरे को पूछ ला सा कोई मसला बना दो मोर तू आ जावी ना मैं आ जा सा शामी आ जा सा तू साडी दीन दुनिया दी बहन है तैनू बहन सद्या ए ने समय पे कफा नहीं असा तैन देवना तेरे चो मैनू अपनी मोई होई बहन दिसदी है समझ आई ते इयो जे गल्ला ना कीतियां कर मरण वाली है नहीं मैनू तो फिकर अगे भी कोई नहीं है पर तू चक्कर ला लिया करी मेरी तबीयत खराब रहंदी है तेरे आखन दी लोड ही काई नहीं मैं अंदर आसा हुन तो मैं हर वेले अंदर आसा केड़ा को पास दे औ तू ठेवणा ते थे आ जा मोर बहन दा पता नहीं लवन आवना मैं बहन दा पता लईसा हां टेंशन नहीं लेनी और तू क्यों मुंह फड़ाई बैठी है नहीं मैं तो कोई नहीं मैं बड़ा मैं परेशान हो गया मैं बिजली कोई नहीं आई उस दी वजह नहीं तो तू चार्जिंग तो लगना है बिजली का ही नहीं तेनू चा पानी तो पिवावना ही आई हम बिजली आई तो ताई तो पिवावना जी ना परेशान होई कर हसदी रही कर ओए दा मुंह इंजे मैं मुंह कावड़े आ गई की बनया ने जी की हाल मसेरो ठीक ठाक है बिल्कुल ले लो इत्ते बैठ जा ਬੜਾ ਐਂ ਬੀਜ਼ੀ ਹੋ ਗਿਆ ਨਾ ਕੰਮ ਵਿੱਚ ਤਾਂ ਹੁਣ ਤੈਨੂੰ ਯਾਦ ਕੀਤੀ ਬੈਠਾ ਮੈਂ ਆ ਜਾ ਪੈ ਸ਼ੁਕਰ ਹੈ ਘਰ ਦਾ ਕਰ ਲਾਂ ਨਾ ਜੋ ਕੋ ਟੈਨਸ਼ਨ ਖਤਮ ਹੋਈ ਤੇਰੀ ਕਾਈ ਨਹੀਂ ਹੋਈ ਦਵਾਈ ਦਿੱਤੀ ਹੈ ਭਾਈ ਮੇਰੇ ਸਾਰੀਆਂ ਟੈਨਸ਼ਨਾਂ ਮੁੱਕ ਗਈਆਂ ਮੁੱਕ ਗਈਆਂ ਨਾ ਪਰੇਸ਼ਾਨੀ ਨਹੀਂ ਲੈਣੀ ਤੋ ਅੱਜ ਨਹੀਂ ਐ ਕੋ ਨਹੀਂ ਮੇਰਾ ਇੱਕ ਤੂੰ ਭਰਾ ਤੇ ਕੋ ਭਰਾ ਮੈਨੂੰ ਪਰੇਸ਼ਾਨੀ ਕੇ ਦੀ ਆ ਅੱਛੀ ਗੱਲ ਹੈ ਕੋਈ ਪਰੇਸ਼ਾਨੀ ਸਾ ਤੇਰਾ ਨਹੀਂ ਕਰਨਾ ਤੇ ਹੋਰ ਕਾਹ ਕਰਨਾ ਹੁਣ ਉਹਨਾਂ ਨੇ ਛੱਡ ਦਿੱਤਾ ਅਸੀਂ ਤਨੇ ਨਾ ਛੱਡੇਂਦੇ ਜੀ ਆ ਮੈਂ ਤਾਂ ਮੁੱਢੋਂ ਨਹੀਂ ਛੱਡੇਂਦਾ ਇਹ ਤਾਂ ਮਿਹਰਬਾਨੀ ਆ ਤੇਰੀ ਜਿਹੜਾ ਤੂੰ ਮੈਨੂੰ ਘਰੇ ਲੈ ਆਇਆ ਨਹੀਂ ਤੇ ਮੈਂ ਕਿਹੜੇ ਪਾਸੇ ਜਾਵਾਂ ਮੈਂ ਸੋਚਨੀ ਆ ਤੇ ਮੈਨੂੰ ਰੋਣਾ ਵੀ ਆ ਜਾਂਦਾ ਤੇ ਤੂੰ ਕਿਸ ਤੂੰ ਰੋਂਦੀ ਪਈ ਕਮਲੀ ਆ ਕੋਈ ਗੱਲ ਨਹੀਂ ਤੇਰੇ ਸੱਚੇ ਨਹੀਂ ਨਾ ਬਣੇ ਤੇਰੇ ਆਪਣੇ ਨਹੀਂ ਬਣੇ ਤਾਂ ਸਿੱਧੇ ਸੋਚਦੇ ਆ ਚਲ ਠੀਕ ਹੈ ਮੈਂ ਜਾਣਾ ਜਦੋਂ ਐਸਾ ਇਹਦਾ ਬਾਰਾ ਰਲ ਕੇ ਚਾਇਆ ਹੈ ਹੈ ਤੇ 2-2.5 ਸਾਲ ਹੋ ਗਏ ਮੈਂ ਇਹਦੇ ਕੋਲ ਹੀ ਨਹੀਂ ਕੰਮ ਕਰਦੀ ਰਹੀ ਹੁਣ ਤਾਂ ਐਵੇਂ ਕਿਸੇ ਨੂੰ ਸ਼ਾਦੀ ਨਾ ਹੋ ਜਾਵੇ ਤੂੰ ਸ਼ਾਮੀ ਲਾਜ਼ਮੀ ਆ ਜਾ ਮੈਂ ਲਾਜ਼ਮੀ ਆ ਜਾ ਮੇਰਾ ਦਿਲ ਕੋ ਨਹੀਂ ਲੱਗਣਾ ਇੱਥੇ ਆ ਜਿਹੜੀ ਤੇਰੀ ਵਰਜਾਈ ਹੈ ਨਾ ਮੈਨੇ ਇਸ ਦਾ ਬੜਾ ਹੌਲ ਪੰਦਾ ਰਹਿੰਦੇ ਇਹ ਬੜੀ ਖੁੰਦਰੀ ਹੋਈ ਤੂੰ ਆ ਜਾ ਮੈਂ ਬਸ ਮੈਂ ਆ ਜਾ ਸਾ ਆ ਜਾ ਸਾ ਤੇ ਆਪਣਾ ਖਿਆਲ ਰੱਖੀ ਮੈਂ ਸ਼ਾਮੀ ਲਾਜ਼ਮੀ ਆਉਂਸਾ ਠੀਕ ਹੈ
इंज ढोलना जिमें हंसा दी जोड़ी जिमें रात ते दिन जिमें चन ते चकोरी बन गई बन गई। अच्छा तू की कर दे पायो टिकटॉक बनाई है को हैं टिकटॉक बनाई है टिकटॉक बनाई है अच्छा घर पास जागा की होया घर जागा तू मैं अम्दा पे ओ मैं इंदे नाल को गल करनी है ओ मैं वेदा पे भाई टिकटॉक बनाई मेरी बहन है चलो ठीक है भाई ठीक हां अब होन तैन मैं ई गल कीती है पे देख के सोचया करो तू इन सारेया नु शक करावना कोई गल नहीं मैं तेन एक गल दसा मैं यकीन कर जा भी उसके भी शक होने लग गए जो जितना किस जैल सौंदा ना शक नहीं भैया भी ए अखी भी खराब है हो ही रखो मैं तो तेरे नाल ना मैं तो तेरी बस ठीक है भाजे चलिए बस सब बनया पे भाई ही रो गई है ए बिरा ये दा मैं भी तेरा बिरा मेरे नाल सही कदी नहीं टिकटॉक का बनाईया साडे तो काफी फासला रहंदा है बेच जितने भी आलू लदे के गए ना कोई मेरे को फायदा मिलिया दस मैं ये गल पे करदा आई तू पिछे तो इन्हां नाल काम करन नहीं जाना किन्ना नाल मेरे मसेर साहब ना डॉक्टर साहब ना तो काम करे नहीं जाना जिवें तू मेरा भरा है ना उवें ओ मेरा भरा है ते अगे जेडे मेरे भरा सके है ना ते मैनू ओ भी नहीं डक सके ते तू कौन होना डकन वाला नाजिया तू गल करदी पई मैनू ते मैं ही गल करदी पई आ होर कौन है ओ तेरे किने के गल्ला ते ओ किदे के तेरे वादे अगले तू मन भरा बनते रहे ना ओ भी भरा एक पासे ओ है एक पासे तू है मैं बिराया लेकिन मेरे बर्दाश्त नहीं होता मोटे ना मोटा ला के तू टिकटॉक का बना में उंज सड़न लग पिया एवे ही होश किया हा जिंदे कोल पहले आई हां मैं किस तू सड़ना है मैं कोई अल्लाह माफी दे मेरे को दिमाग है कोई गंद है मेरे दिमाग है कोई नहीं गंद तेरी बहन नहीं हां मैं ते तेरे नाल भी ते टिकटॉक का बनाईया ने ना मेरी जो तू बहन है 2.5 साल तू मेरे नाल अटैच है ते मोर मेरी गल मान ओ नहीं ठीक बंदा अगर मैं तेरा सक्का बिरादा ना उस मेरे शक कोई ना करना लेकिन मैं वेदा पिया जेड़ा बहना सद के बंदा नहीं माफी देंदा तो तू मोड़ा तेरा टिकटॉक कहीं भी बनी दी मैं जानता जिस हिसाब तू चल पी तो खबरदार मेरी बहन का घर है ते बिरा ओहदा घर है समझ आईए खावे मेरे कोल तो बड़े मेरी बहन दे घर नु तू तू उंजे ही सड़दा पिया है कि मेरा ओ बनवैया मेरी बहन दा घर है ते उन जाख चाउना नाल काम ना तू करे ते मैं आदा पे नहीं काम करना मैं बता। करना है काम उना नाल ते जेड़ा कुछ नहीं होंदा ना ओ कर तू मैनू ए दसो 5000 रुपया तेरा गुजारा होंदा 5000 नाल आज चुल्ला नहीं तपदा ते मैं तेरा सारा खर्चा चाहे बैठा तेन जुतियां लै देना कपड़े लै देना जेड़े शायद तू मुंह चुकटे तेरी ओ पूरी करता तेरी धी वास्ते कापियां किताबां बस्ते वर्दियां हर शह लै के देना 35000 रुपया तेरा खर्चा है 5000 रुपया नहीं खर्चा तेरा तेरा हुण 5000 ते अगे हो गया ते बाकी मैं पिछो हो गया हुण काम ते मैं करना ही है ना वेली ते नहीं बैठ सकदी ते जेड़े मेरे रुपये 1.5 लाख रुपया लगा पे ओ मेरा मेन चले ओ मेनू कोनी दित्ते नहीं ओ ते किराए भरे नहीं ते जिन्ना दित्ते नहीं ते जा लै लै गल खत्म।
जमाई हुई है जिस तरीके बहना टूटता या जिस तरीके बहना बंदा उठा नजर बदल बहना टिकटॉक नहीं बन दिया इतने खलो के बने नहीं मेरे नाल सोची रख जो सोचने समझाई ना मैनू नहीं पता सलामकुम जी वालेकुम सलाम भाई कि हो मैं इधर बाहर हाँ खैर और हाँ जल्दी हाँ मैं की खैर तो है हाँ खैर ही है एक बार दस तो सही है टेंशन कहीं खैर नहीं होता है ना यार एक बार आ तो सही कर चलो ठीक है मैं आमदा पे अगर मेरी बहन का घर खराब होया ना मेरी बुरा कोई ना सही गया मैं तेरे दस छड़ा फिर मैं आख्या तेरी बहन का ना घर खराब करना हुण करना है मैं गल की बनी है गल कोई भी नहीं भाई तबीयत मेरी उंजे खराब रहती तेन मैं फोन भी करती रहनी आके दवाई पारू मैं थोड़ा मसरूफ हूं ते ए ओथे टिकटॉक की बना दे पे ते नमू बन गया उस लेदा तेरा दिमाग खराब है यार तू तो एवे खा मेनू आखा है तू उस नाल रली होई है चगल तनु हो गया तू मैं हां हां चगल मैं हां नहीं तो चगल नहीं है भला मैं सना रलना तेरा दिमाग ठीक है तू भी ता दानू मेरी मोई होई बहन है मेरी मोई होई बहन नजर तेरे विचू आंदी हां तो मैं नमदी है मोड़ भरा है मेरा मैं आली भी कहंदी पिया ओ मेरा भरा है तेरा नहीं भरा है तेरा नहीं कौन करेगा आ देख तेरी मेहरबानी मेरी मन्नी थुड़का जिथे तेरा दिल करदा ना उठ जा ओ तू चार कपड़े मेरे नाल भाजे तू मेरा भरा है ना हुन मैं इस कुल को नहीं रहना मैं तेरे नाल तू चार कपड़े और भाजे मेरे मैं काम भी ऐसे नाल कर सा मैं तेरे नाल भी नहीं करना एदा ओनी जाले सोंदा पैसे ही मेनू दे केड़े पैसे कहीं दिते ओ नहीं पैसे ਉਹ ਲੈ ਜਾਂਦੇ ਨਹੀਂ ਨੱਟ ਲੈ ਲੈਵੀਂ ਹਾਂ ਮੈਂ ਕੱਪੜੇ ਲਈ ਆਵਾਂ ਕੱਪੜੇ ਚਾਲ ਹੈ ਜਿਹਨੂੰ ਦਿੱਤੇ ਨਹੀਂ ਉਸੇ ਕੋਲ ਲੈ ਲੈ ਤੂੰ ਸਾ ਡਰਾਮਾ ਬਣਾ ਰਿਹਾ ਹੋਰ ਖਵਾਇ ਮੈਨੂੰ ਹੋਰ ਖਵਾ ਰੰਨਾ ਦੇ ਆਖੇ ਰਾਤ ਜਦ ਤੂੰ ਆਪਣਾ ਘਰ ਤਬਾਹ ਕਰੇ ਸੇ ਤੇ ਨਾਲ ਦੁਨੀਆ ਦਾ ਹੀ ਕਰੇ ਤੂੰ ਬਣਵਾਇਆ ਨੂੰ ਮਸੇਰ ਨੂੰ ਬਣਿਆ ਸਭ ਤੋਂ ਵੱਡਾ ਦੁਸ਼ਮਣ ਤੂੰ ਬਣਿਆ ਮੇਰਾ ਮੈਂ ਹੁਣ ਦੁਸ਼ਮਣ ਬਣ ਕੇ ਵਿਖੇ ਸਕਦਾ ਮੈਂ ਤੇਰਾ ਦੁਸ਼ਮਣ ਕੋਈ ਨਹੀਂ ਬਣਿਆ ਅੱਛਾ ਹਾਂ ਇਹ ਬਹਿਣਾ ਨਾਲ ਹੀ ਟਿਕਟੌਕ ਕਾ ਬਣਿੰਨਾ ਮੋਈ ਹੋਈ ਹੈ ਐਂ ਜੋ अपनी बहन का घर तबाह करे समझ आई तू मेरा प्यो गयो जो तू गल कर गयो तेन मैं वेखा तेन प्यो बन के भी खाई सा चंगा चलो ठीक है अपने ना ਇਹ ਦੇ ਆਖੇ ਲੱਗ ਕੇ ਤਾਂ ਤੂੰ ਜੋ ਉਸ ਮਾਸੂਮ ਦਾ ਕਿਹੜਾ ਗੁਨਾਹ ਜੇ ਤੂੰ ਜੇ ਸੇਡਾ ਵਾਲਾ ਇਲਜ਼ਾਮ ਲਾਇਕ ਹੋਤਾ ਅੱਛਾ ਉਲਟਾ ਮੈਂ ਗੁਨਾਹ ਹੀ ਕੋਈ ਨਹੀਂ ਗੁਨਾਹ ਕੀ ਬਾਤ ਹੈ ਤੇਰੀ ਤੇਰੇ ਸਾਹਮਣੇ ਕੋਈ ਬੈਂਡ ਚ ਦੇਣਾ ਅਲਾ ਲੈ ਜਾ ਤੂੰ ਬੈਂਡ ਉਹ ਮਗਰ ਲੈ ਜਾ ਲੈ ਜਾ ਮੈਂ ਬੈਕ ਆ ਜਾ ਅਸਾਂ ਬੇੜਾ ਹੀ ਨਹੀਂ ਫੇਰਨਾ ਤੁਹਾਡੇ ਬੂਹੇ ਤੇ ਇਹ ਸੀ ਤੁਹਾਡਾ ਬੇੜਾ ਨਹੀਂ ਤੁਹਾਡੇ ਨਾਲ ਨਾ ਕਰੋ ਮੈਂ ਜਾਂਦੀ ਨਹੀਂ ਪਈ ਉਹਦੇ ਨਾਲ ਜਾ ਵਗ ਜਾ ਵਗ ਜਾ ਲੈ ਜਾ ਖੁਸ਼ ਆ ਸੀ ਕੀ ਬਾਤ ਹੈ ਬੜੀ ਵੱਡੀ ਚਾਲ ਇਸ ਤੇ ਚੱਲੀ ਮੇਰੇ ਨਾਲ ਹੈ ਇਸ ਤਾਂ ਬੜੀ ਵੱਡੀ ਚਾਲ ਮੇਰੇ ਨਾਲ ਚੱਲੀ ਹੈ ਇੱਕ ਗੱਲ ਹੋਰ ਲੈ ਗਈ ਕਰਨ ਵਾਲੀ ਅੱਗੇ ਤੇ ਮੈਂ ਨਹੀਂ ਕੀਤੀ ਨਾ ਉਸ ਨੂੰ ਆਖਾ ਹੀ ਨਾ ਤੇ ਮੇਰਾ ਨਾਮ ਬਦਲ ਕੇ ਰੱਖੀ ਤੂੰ ਕੌਣ ਹੋਣੀ ਮੇਰੀ ਬਹਿਣ ਦਾ ਘਰ ਖਰਾਬ ਕਰਨ ਵਾਲੀ ਤੂੰ ਵੇਖ ਲੈ ਵੀ ਤੇਰੇ ਸਾਹਮਣੇ ਹੋ ਸੀ ਅੱਛਾ ਮੈਂ ਤੈਨੂੰ ਸਬਕ ਦੇ ਕੇ ਗਲੇਸਾਂ ਗਿਆ ਵੇਖ ਲੈ ਜੇ ਤੈਨੂੰ ਮੈਂ ਟੁਰਾਂ ਦਿੱਤਾ ਤਾਂ ਮੋੜ ਗੱਲ ਹੋਈ ਨਾ ਜੇ ਹੈ ਆਪਣੇ ਪਿਓ ਦੀ ਜੰਮੀ ਤੇ ਕਰਕੇ ਵਿਖਾਵੀ ਮੈਨੂੰ ਤੇਰੇ ਚੱਕਲ ਨਹੀਂ ਆਣਾ ਇਹ ਨਾ ਜੋ ਘਰ ਲਿਆਂਦੋ ਤੇ ਨਾ ਘਰ ਦੱਬਿਓ ਤੇ ਇਤਨਾ ਰੋਲਾ ਤੇ ਨਾ ਇਹਨਾ ਬੰਦਾ ਆ ਗਏ ਨਹੀਂ ਪਈ ਤੇਰੀ ਮਿਹਰਬਾਨੀ ਚੁੱਪ ਕਰ ਕੇ ਚਲੋ ਸਿਰ ਨਾ ਖਰਾਬ ਕਰ ਮੇਰਾ ਲੈ ਤੇਰਾ ਸਿਰ ਦਿਮਾਗ ਖਰਾਬ ਹੋ ਜਾ ਮੇਰੇ ਗੱਲ ਨਾਲ ਤੇਰਾ ਦਿਮਾਗ ਫਟ ਜਾਂਦਾ ਦਿਮਾਗ ਫਟ ਜਾਂਦਾ ਤੂੰ ਤੇ ਥੜ ਪੈ ਗਈ ਹੁਣ ਪੈ ਗਈ ਮੈਨੂੰ ਛੱਡ ਚੰਗਾ ਮਗਰੂ ਲੈ ਗਈ ਬਲਾ
इस तखीर कर छी मेरे ना मतलब है कि यह रसाई जी हुई है एक पलैन आ और कोई यदा रिजन ना एक मैं ही पागे लाम मैं ही एक चगा लाम जो इस बंदे से बहस गया दोबारा भला वे मामे साहब का जहाँ मेरी रसाई कराई है। अजकल दौर दे वेचो कोई सक्का भैन बिरा वो ही रिश्ता होंदा है लेकिन जेड़ा मूँह बोलिया भैन बिरा है ना वो कोई सांगा नहीं होंदा वो कोई अमीयत रह ही कोई नहीं गई तो जिम्मे आदि ना कि सोने की कदर सराफ करेंदे दुए बेशक पेंदे वत्तेन पर दुख लगता है जे वो बेकदरे सन पित्तल सदेंदे वत्तेन और मेरी घर दिन तू आख के चगाला वग गई है कि अच्छू मैं छेड़िया है लख लाना तेरे खाद के टुकड़ा ते कलमू ही आ कलमू ही मैं तेन की आखड़ा